ਸਾਰੇ ਬਲਾਰਿਆਂ ਦੀ ਸੂਈ ਲਗਭਗ ਉਸ ਗੱਲਬਾਤ ਵਾਲੀ ਜਿਹੜੀ ਕੱਲ ਗੱਲਬਾਤ ਹੋਈ ਆ ਉਹਦੇ ਤੇ ਕੇਂਦਰਿਤ ਰਹੀ ਹੈ ਕੇਂਦਰਿਤ ਰਹਿਣੀ ਵੀ ਚਾਹੀਦੀ ਹੈ ਕਿਉਂਕਿ ਕੱਲ ਵਾਲੀ ਮੀਟਿੰਗਾਂ ਜੋ ਕਿ 8ਵੀਂ ਜਾਂ 9ਵੀਂ ਮੀਟਿੰਗ ਕਹੀ ਜਾਂਦੀ ਆ ਇਸ ਤੋਂ ਪਹਿਲਾਂ ਉਹ ਹੁਣ ਚੱਕਰਦਿਆਂ ਮੀਟਿੰਗਾਂ ਚੋਂ ਸਭ ਤੋਂ ਨਖਿੱਧ ਸਭ ਤੋਂ ਨਕਮੀ ਤੇ ਸਭ ਤੋਂ ਜਿਹੜੀ ਨੈਗੇਟਿਵ ਮੀਟਿੰਗ ਕਹੀ ਗਈ ਹੈ ਪ੍ਰੈਸ ਕੋਲੇ ਵੀ ਆ ਗਿਆ ਉਹ ਇਸ ਕਰਕੇ ਕਹੀ ਗਈ ਹੈ ਵੀ ਜਿਹੜੀ ਹੁਣ ਟਿੱਕਰ ਸਰਕਾਰ ਲੋਰੇ ਲਾਉਂਦੇ ਆਉਂਦੀ ਸੀ ਕੱਲ ਉਹਨਾਂ ਨੇ ਕੋਰਾ ਦੋ ਟੁਕ ਜਵਾਬ ਦੇਤਾ ਵੀ ਜਿਹੜੇ ਇਹ ਤਿੰਨ ਕਾਨੂੰਨ ਹੈ ਜਨਾਂ ਦੇ ਖਿਲਾਫ ਇਹ ਮੋਰਚਾ ਸ਼ੁਰੂ ਹੋਇਆ ਇਹ ਤਿੰਨ ਕਾਨੂੰਨ ਇਹ ਰਿਪੀਲ ਨਹੀਂ ਹੋਣਗੇ ਰੱਦ ਨਹੀਂ ਹੋਣਗੇ ਤੇ ਨਾਲ ਹੀ ਇਸ ਕਰਕੇ ਅਸੀਂ ਇਹਨੂੰ ਨਕੰਮੀ ਕਿਹਾ ਨਖਿੱਤ ਮੀਟਿੰਗ ਕਿਹਾ ਕਿਉਂਕਿ ਉਹਨਾਂ ਨੇ ਆਪਦੀ ਜ਼ਿੰਮੇਵਾਰੀ ਤੋਂ ਭੱਜ ਕੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਵੱਲ ਸੱਟਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਸੁਪਰੀਮ ਕੋਰਟ ਤੋਂ ਨਿਰਣਾ ਕਰਾ ਲਓ 11 ਤਰੀਕ ਨੂੰ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆਂ ਜੇ ਆਪਣਾ ਸਾਰੇ ਕਿਸਾਨਾਂ ਦਾ ਸਟੈਂਡ ਹੈ ਵੀ ਕਾਨੂੰਨ ਸੁਪਰੀਮ ਕੋਰਟ ਨੇ ਨਹੀਂ ਬਣਾਏ ਜਿਹੜੇ ਤਿੰਨ ਕਾਨੂੰਨ ਆ ਦੋ ਆਰਡੀਨੈਂਸ ਆ ਇਹ ਸੁਪਰੀਮ ਕੋਰਟ ਨੇ ਨਹੀਂ ਲਿਆਂਦੇ ਇਹ ਭਾਰਤ ਦੀ ਮੋਦੀ ਸਰਕਾਰ ਨੇ ਲਿਆਂਦੇ ਆ ਜੇ ਸੁਪਰੀਮ ਕੋਰਟ ਨੇ ਲਿਆਂਦੇ ਹੁੰਦੇ ਸੀ ਸੁਪਰੀਮ ਕੋਰਟ ਨਾਲ ਲੜ ਲੈਂਦੇ ਜਿਹੜੀ ਸਰਕਾਰ ਨੇ ਜਿਹੜੀ ਅਥਾਰਟੀ ਨੇ ਜਿਹੜੀ ਬਾਡੀ ਨੇ ਕਾਨੂੰਨ ਲਿਆਂਦੇ ਆ ਉਸੇ ਤੋਂ ਹੀ ਵਾਪਸ ਕਰਾਉਣੇ ਆ ਇਸ ਕਰਕੇ ਸਾਫ਼ ਕਹਤਾ ਵੀ ਕੋਈ ਅਸੀਂ ਸੁਪਰੀਮ ਕੋਰਟ ਤੋਂ ਕਾਨੂੰਨਾਂ ਦੇ ਮਾਮਲੇ 'ਚ ਫੈਸਲਾ ਨਹੀਂ ਕਰਾਵਾਂਗੇ ਜੇ ਇੱਕ ਤਰਫਾ ਵੀ ਕਰੂਗੀ ਸੁਪਰੀਮ ਕੋਰਟ ਐਕਸ ਪਾਰਟੀ ਕਹਿ ਦਿੰਦੇ ਆ ਤਾਂ ਵੀ ਅਸੀਂ ਕੋਈ ਬੰਨਾਂਗੇ ਨਹੀਂ ਕਾਨੂੰਨਾਂ ਨੂੰ ਵਾਪਸ ਕਰਾਏ ਤੋਂ ਬਿਨਾ ਪਿੰਡਾਂ ਨੂੰ ਵਾਪਸ ਨਹੀਂ ਜਾਵਾਂਗੇ ਇਹ ਐਲਾਨ ਹੋ ਗਿਆ ਕੱਲ ਤੇ ਨਾਲ ਹੀ ਤੁਸੀਂ ਅਖਬਾਰਾਂ ਲੀਆਂ ਜਲੀਆਂ ਸੁਰਖੀਆਂ ਪੜੀਆਂ ਹੋਣਗੀਆਂ ਪੰਜਾਬੀ ਦੇ ਅਖਬਾਰਾਂ ਲੀਆਂ ਖਾਸ ਕਰਕੇ ਪੰਜਾਬੀ ਟ੍ਰਿਬੂਨਾਂ ਜਾਂ ਦੂਜੇ ਅਖਬਾਰ ਹੈ ਉਹਨਾਂ ਚ ਕਿਹਾ ਵੇ ਇਹ ਕਾਨੂੰਨਾ ਨੂੰ ਰੱਦ ਕਰਾ ਕੇ ਜਾਂ ਜਿੱਤਾਂਗੇ ਜਾਂ ਫਿਰ ਮਰਾਂਗੇ ਦੋਈ ਰਾਹ ਤੀਜਾ ਕੋਈ ਰਾਹ ਨਹੀਂ ਇਹ ਕੱਲ ਕਹਿਤਾ ਸਾਰੀ ਅਖਬਾਰਾਂ ਦੇ ਵਿੱਚ ਲਾਲ ਹੋ ਗਿਆ ਸੋ ਅਗਲੀ ਗੱਲ ਹੈ ਪ੍ਰਭੂ ਜਿਹੜੀ ਇਹਨਾਂ ਦੀਆਂ ਕਮਿਨੀਆਂ ਚਾਲਾਂ ਇਹਨਾਂ ਨੇ ਸ਼ੁਰੂ ਕੀਤੀਆਂ ਨੇ ਉਹ ਮੋਦੀ ਨੇ ਸ਼ੁਰੂ ਕੀਤੀਆਂ ਸੀ ਨਾਲ ਹੀ ਹੁਣ ਕੈਪਟਨ ਰਲਦਾ ਜਾਂਦਾ ਦੋਹਾਂ ਦਾ ਜਿਹੜਾ ਕਰੰਗਣੀ ਜੋੜ ਹੈ ਉਹ ਸਾਫ ਹੁੰਦਾ ਵੀ ਪਿਛਲੇ ਦਿਨੀ ਇਹਨਾਂ ਦੇ ਕਲਾਕਾਰਾਂ ਨੇ ਖਾਸ ਕਰਕੇ ਉਹ ਕੰਗੜਾ ਵਰਗੀਆਂ ਜਿਹੜੀਆਂ ਨਕਮੀਆਂ ਕਲਾਕਾਰਾਂ ਉਹਨਾਂ ਨੇ ਆ ਲੜਨ ਵਾਲੇ ਕਿਸਾਨਾਂ ਨੂੰ ਦੇਸ਼ ਦੇ ਅੰਨ ਦਾਤੇ ਨੂੰ ਹੱਤਵਾਦੀ ਕਿਹਾ ਸੀ ਤੇ ਇਹਦੇ ਜਵਾਬ ਦੇ ਵਿੱਚ ਉਹ ਜਿਹੜਾ ਸ਼੍ਰੀ ਬਰਾੜ ਗਾਇਕ ਹੈ ਪੰਜਾਬ ਦਾ ਉੱਗਾ ਗਾਇਕ ਹੈ ਲਿਖਦਾ ਵੀ ਇਹ ਗਾਉਂਦਾ ਵੀ ਹੈ ਉਹਨੇ ਕਿਸਾਨ ਐਂਥਮਾਂ ਗੀਤ ਤਿਆਰ ਕੀਤਾ ਤੇ ਸਮੂਹ ਰੂਪ ਦੇ ਵਿੱਚ ਗਾਇਆ ਉਹਨਾਂ ਦੇ ਵਿੱਚ ਉਹਨੇ ਕਿਹਾ ਐਂਥਮ ਦੇ ਵਿੱਚ ਵੀ ਦਿੱਲੀ ਨੂੰ ਸੰਬੋਧਤ ਹੋ ਕੇ ਕਿਹਾ ਵੀ ਦਿੱਲਗੇ ਜਿਨ੍ਹਾਂ ਨੂੰ ਤੂੰ ਅਤਵਾਦੀ ਕਹਿੰਦੇ ਐ ਜਦੋਂ ਅਤਵਾਦੀ ਹੋਏ ਤੇਥੋਂ ਸੰਭੇ ਨਹੀਂ ਜਾਣੇ ਇਹ ਗੀਤ ਉਹਨੇ ਲਿਖਿਆ ਤੇ ਗਾਇਆ ਸਮੂਹ ਰੂਪ ਦੇ ਵਿੱਚ ਗਰੁੱਪ ਰੂਪ ਦੇ ਵਿੱਚ ਇਸ ਦੇ ਆਧਾਰ ਤੇ ਉਹਨੂੰ ਕਿਹਾ ਵੀ ਉਹਨੇ ਅੱਤਵਾਦ फडਕਾਇਆ ਉਹਨੇ ਜਜਵਾਦ ਫੜਕਾਏ ਆ ਜਦੋਂ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਉਹਦਾ ਜਜਵਾਦ ਨਹੀਂ ਪੜਕਦੇ ਪਰ ਜਦੋਂ ਉਸ ਅੱਤਵਾਦੀ ਕਹਿਣ ਵਾਲੀ ਦੇ ਜਵਾਬ ਦੇ ਵਿੱਚ ਕੋਈ ਗਾਇਕ ਉਹਦਾ ਜਵਾਬ ਦੇ ਦਿੰਦਾ ਉਹਨਾਂ ਸ਼ਬਦਾਂ ਦੇ ਵਿੱਚ ਹੀ ਫਿਰ ਉਹ ਗਾਇਕ ਅੱਤਵਾਦੀ ਬਣ ਜਾਂਦਾ ਦੂਜਾ ਉਸ ਸ੍ਰੀਵਰਾਲ ਦੇ ਉਸ ਕਿਸਾਨ ਐਂਥਮ ਵਾਲੇ ਗੀਤ ਦੇ ਵਿੱਚ ਜਿਹੜਾ ਕਿ ਸਾਰਾ ਵਰਲਡ ਲੈਵਲ ਤੇ ਪ੍ਰਸਿੱਧ ਹੋਇਆ ਪੰਜਾਬੀ ਦਾ ਮਸ਼ਹੂਰ ਕਿਸਾਨ ਐਂਥਮ ਗੀਤ ਆ ਉਹਦੇ ਵਿੱਚ ਦੂਜਿਆਂ ਨੂੰ ਬੰਗਾਰ ਇਹ ਪਾਈ ਸੀ ਆ ਜਿਹੜਾ ਗੋਦੀ ਮੀੜ ਗਿਆ ਮੋਦੀ ਦੇ ਗੰਧਾੜਿਆਂ ਤੇ ਚੜਿਆ ਹੋਇਆ ਗੋਦੀ ਮੀੜ ਗਿਆ ਇਹਨੇ ਕਾਫੀ ਸਮਾਂ ਨੈਸ਼ਨਲ ਚੈਨਲਾਂ ਨੇ ਇਸ ਮੋਰਚੇ ਨੂੰ ਆਪਣੇ ਚੈਨਲਾਂ ਤੇ ਨਹੀਂ ਲਿਆਂਦਾ ਇਸ ਦੇ ਜਵਾਬ ਦੇ ਵਿੱਚ ਵੀ ਉਹ ਸ਼੍ਰੀ ਵਰਾੜ ਨੇ ਲਿਖਿਆ ਕਹਿੰਦੇ ਵੀ ਭਾਵੇਂ ਉਹ ਜਿਹੜਾ ਨੈਸ਼ਨਲ মিডিਆ ਗੋਦੀ ਮੀੜ ਗਿਆ ਮਰ ਗਿਆ ਸੀ ਪਰ ਬੀਬੀਸੀ ਦੇ ਉੱਤੇ ਸਾਡੇ ਝੋਟੇ ਬੁੱਕਦੇ ਰਹੇ ਐ ਟਰੈਕਟਰਾਂ ਨੂੰ ਝੋਟੇ ਕਿਹਾ ਸੀ ਉਹਨੇ ਸੋ ਜਿਹੜੀਆਂ ਇਹ ਜਗ੍ਹਾ ਕਰਾਰ ਗਿਆ ਝੋਟਾਂ ਸੀ ਇਹ ਨੈਸ਼ਨਲ ਮੀਟ ਗੇਟ ਤੇ ਇਹ ਬੀਜੇਪੀ ਦੇ ਲੀਡਰਾਂ ਤੇ ਕਲਾਕਾਰਾਂ ਤੇ ਉਹਨਾਂ ਨੂੰ ਜਵਾਬ ਦਿੱਤਾ ਤੇ ਕਪਟਨ ਸਰਕਾਰ ਨੇ ਪਟਿਆਲੇ ਦੀ ਪੁਲਿਸ ਨੇ ਕੱਲਾ ਜਲੀਲ ਨਹੀਂ ਕੀਤਾ ਇਹਨੂੰ ਇੰਟਰੋਗੇਟ ਕੀਤਾ ਤੇ ਕੇਸ ਪਾਇਆ ਹੁਣ ਉਹ ਕੇਸ ਦੇ ਭੁਗਤ ਰਹੇ ਜਵਾਨਤ ਨਹੀਂ ਹੋਈ ਅਜੇ ਸੋ ਆਪਣੇ ਸਾਰੇ ਆਗੂ ਨੇ ਕਹਿਤਾ ਵੀ ਉਹ ਅਟੈਕ ਸ੍ਰੀ ਵਿਰਾਟ ਤੇ ਨਹੀਂ ਇੱਕ ਗੈਖ ਤੇ ਨਹੀਂ ਉਹ ਸਾਰੇ ਭਾਰਤ ਦੇ ਕਿਸਾਨਾਂ ਤੇ ਆ ਜਿਹੜੇ ਇਹ ਮੋਰਚਾ ਲੜ ਰਹੇ ਤੇ ਅਸੀਂ ਜਵਾਬ ਦੇਵਾਂਗੇ ਉਸ ਦਾ ਉਹ ਇਕੱਲਾ ਬਰਾੜ ਨਹੀਂ ਜਵਾਬ ਦੇਊਗਾ ਸਾਰੇ ਕਿਸਾਨ ਜਵਾਬ ਦੇਣਗੇ ਸੋ ਅਗਲੀ ਗੱਲ ਮੈਂ ਜਿਹੜੀ ਅਗਲੀ ਕਰਨਾ ਚਾਹਣਾ ਟਰੈਕਟਰ ਆ ਜਿਹੜਾ ਅੱਜ ਪੰਜਾਬ ਦੇ ਸਪੈਹਚਾਰ ਦੇ ਵਿੱਚ ਪ੍ਰਤੀਕ ਬਣ ਗਿਆ ਇਸ ਗੱਲ ਦਾ ਕਾਨੂੰਨਾ ਵਿਰੋਧੀ ਕਿਸਾਨ ਮੋਰਚੇ ਦਾ ਪ੍ਰਤੀਕ ਬਣ ਗਿਆ ਟਰੈਕਟਰ ਤੇ ਕਿਸੇ ਸਮੇਂ ਕਿਸੇ ਪੰਜਾਬ ਦੇ ਗਾਇਕ ਨੇ ਗੀਤ ਲਿਖਿਆ ਸੀ ਪੁੱਤ ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ ਉਹ ਅੱਜ ਪੁੱਤ ਟਰੈਕਟਰ ਇਸ ਮੋਰਚੇ ਦਾ ਕਿਸਾਨਾਂ ਦਾ ਜਿਹੜਾ ਪੁੱਤ ਟਰੈਕਟਰ ਹੈ ਉਹ ਇਸ ਮੋਰਚੇ ਦਾ ਪ੍ਰਤੀਕ ਬਣਿਆ ਹੋਇਆ ਮੋਰਚੇ ਉੱਤੇ ਟਰੈਕਟਰ ਨੂੰ ਅੱਡ ਨਹੀਂ ਕੀਤਾ ਜਾ ਸਕਦਾ ਪੁੱਤ ਟਰੈਕਟਰ ਨੂੰ ਤੇ ਸਾਨੂੰ ਹੁਣ ਕੱਲ ਮਿਲਗੇ ਵਾਲੇ ਪੁੱਛਦੇ ਸੀਗੇ ਜਦੋਂ ਅਸੀਂ ਉੱਥੋਂ ਮੁੜੇ ਆ ਸਰਕਾਰ ਨਾਲ ਮੀਟਿੰਗ ਕਰ ਲੈਣ ਤੋਂ ਬਾਅਦ ਕਹਿੰਦੇ ਸੀਗੇ ਵੀ ਅਗਲੀ ਰਣਨੀਤੀ ਕੀ ਹੈ ਅਸੀਂ ਕਿਹਾ ਅਗਲੀ ਰਣਨੀਤੀ ਤਾਂ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਤੀ ਵੀ 26 ਜਨਵਰੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਦਿੱਲੀ ਦੀ ਹਿੱਕ ਤੇ ਕਿਸਾਨਾਂ ਦੀ ਪ੍ਰੇਡ ਹੋਊਗੀ ਟਰੈਕਟਰ ਕਿਸਾਨ ਟਰੈਕਟਰ ਪ੍ਰੇਡ ਹੋਊਗੀ ਦੱਸ ਚੁੱਕੇ ਆ ਇਹ ਤੋਂ ਪਹਿਲਾਂ ਹੋਰ ਕੀ ਪੁੱਛਦੇ ਹੋ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਦਸਤਾ ਲਾਲ ਹੋਇਆ ਤੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਬਲਾਕਾਂ ਚ ਤਹਿਸੀਲਾਂ ਚ ਸੂਬਿਆਂ ਚ ਸਾਰਿਆਂ ਚ ਫਿਰ ਉਹਨਾਂ ਨੇ ਸਾਨੂੰ ਅਗਲਾ ਸਵਾਲ ਕੀਤਾ ਕਹਿੰਦੇ ਇਹਨਾਂ ਨੇ ਰੋਕਾਂ ਲਾਈਆਂ ਹੋਈਆਂ ਨੇ ਬਹੁਤ ਜ਼ਬਰਦਸਤ ਰੋਕਾ ਰਾਜਧਾਨੀ ਚ ਵਾਡਲ ਦੀ ਖਾਤਰ ਰਾਜਧਾਨੀ ਚ ਵਾਡਲ ਤੋਂ ਰੋਕਣ ਦੀ ਖਾਤਰ ਇਹ ਤੁਸੀਂ ਰੋਕਾਂ ਦੀ ਕੀ ਗਾਹਾਂ ਰਾਜਧਾਨੀ ਚ ਆਉਣ ਦੀ ਖਾਤਰ ਸਰਕਾਰ ਤੋਂ ਮਨਜ਼ੂਰੀ ਲੈ ਲਈ ਤੁਸੀਂ ਸਾਨੂੰ ਮਨਜ਼ੂਰੀ ਦੇਤੀ ਕਿ ਨਹੀਂ ਦੇਤੀ ਇਹ ਸਵਾਲ ਸਾਨੂੰ ਕੱਲ ਪੁੱਛਦੇ ਸੀਗੇ ਹੁਣ ਜੇ ਹੁਣ ਵੀ ਕੋਈ ਮਿੜਗੇ ਵਾਲਾ ਹੈਗਾ ਹੁਣ ਕੇ ਕਾਫੀ ਉਹ ਸਾਰੇ ਸੁਣ ਲੈਣ ਕਿਸਾਨ ਭਰਾਵੋ ਤੁਸੀਂ ਵੀ ਸੁਣ ਲਓ ਸਾਨੂੰ ਵੀ ਕੋਈ ਮਿੜਗੇ ਵਾਲਾ ਪੁੱਛ ਸਕਦਾ ਮੰਜ਼ੂਰੀ ਵਾਲੀ ਗੱਲ ਅਸੀਂ ਇਹਨਾਂ ਨੂੰ ਸਵਾਲ ਕਰਦੇ ਆ ਮਿੜਗੇ ਵਾਲਿਆਂ ਨੂੰ ਤੇ ਹੋਰ ਸਾਰਿਆਂ ਨੂੰ ਪੁੱਛਣ ਵਾਲਿਆਂ ਨੂੰ ਵੀ ਵੇ ਜਿੱਦੈ ਸਾਨੂੰ ਪੰਜਾਬ ਤੋਂ ਹਰਿਆਣਾ ਜਾਣ ਦੀ ਖਾਤਰ ਹਰਿਆਣਾ ਵਿੱਚ ਦੀ ਦਿੱਲੀ ਜਾਣ ਦੀ ਖਾਤਰ 26 ਨਵੰਬਰ ਨੂੰ ਹਰਿਆਣਾ ਦੀ ਭਾਜਪਾ ਦੇ ਸਰਕਾਰ ਨੇ ਰੋਕ ਲਈ ਸੀ ਜਿੱਦੈ ਉੱਤਰਾਖੰਡ ਵਾਲੇ ਕਿਸਾਨਾਂ ਨੂੰ ਜੁਪੀ ਵਿੱਚ ਦੀ ਦਿੱਲੀ ਆਉਣ ਦੀ ਖਾਤਰ ਜੁਪੀ ਸਰਕਾਰ ਨੇ ਰੋਕ ਲਈ ਸੀ ਜਿੱਦੈ ਇੱਧਰ ਜੈਪੁਰ ਵਾਲੇ ਕਿਸਾਨਾਂ ਨੂੰ ਹਰਿਆਣਾ ਵਿੱਚ ਦੀ ਆਉਣ ਦੀ ਖਾਤਰ ਹਰਿਆਣਾ ਦੀ ਸਰਕਾਰ ਨੇ ਰੋਕ ਲਾਈ ਸੀ ਉਦੋਂ ਤੁਸੀਂ ਦੱਸੋ ਵੀ ਕਿਹਨੇ ਮਨਜ਼ੂਰੀ ਦਿੱਤੀ ਸੀ ਕਿਹਨੇ ਰਾਹ ਪੱਤਰਾ ਕਰਾਇਆ ਸੀ ਉਹ ਭਰਾਵੋ ਉਦੋਂ ਮਨਜ਼ੂਰੀ ਵੀ ਕਿਸਾਨ ਪੁੱਤ ਟਰੈਕਟਰ ਨੇ ਦਵਾਈਆ ਤੇ ਰਾਹ ਪੱਤਰਾ ਵੀ ਕਿਸਾਨ ਪੁੱਤ ਟਰੈਕਟਰ ਨੇ ਕੀਤਾ ਸੀ ਤੇ ਹੁਣ ਵੀ 26 ਜਨਵਰੀ ਨੂੰ ਜੇ ਇਹਨਾਂ ਨੇ ਰੋਕਾਂ ਲਾਗਿਆ ਸੁਪਰੀਮ ਕੋਰਟ ਨੇ ਕਹਤਾ ਵੀ ਇਹ ਕਿਸਾਨਾਂ ਦਾ ਦੇਸ਼ ਦੇ ਜਿੱਥੇ ਹਾਕਮ ਬੈਠਦੇ ਆ ਰਾਜਧਾਨੀ ਚ ਉਸ ਰਾਜਧਾਨੀ ਚ ਆ ਕੇ ਆਪਣਾ ਰੋਸ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਹਰੇਕ ਵਰਗ ਦਾ ਹੱਕ ਹੈ ਜੇ ਕਿਸਾਨ ਵੀ ਦਿੱਲੀ ਦੀ ਰਾਜਧਾਨੀ ਚ ਆਏ ਆ ਆਪਣਾ ਦੁੱਖ ਦੱਸਣ ਲਈ ਖਾਤਰ ਕਾਨੂੰਨਾਂ ਵਿਰੋਧੀ ਆਪਣਾ ਦੁੱਖ ਪ੍ਰਗਟ ਕਰਨ ਲਈ ਖਾਤਰ ਤਾਂ ਇਹ ਇਹਨਾਂ ਦਾ ਹੱਕ ਹੈ ਹੱਕ ਇਹਨਾਂ ਦਾ ਖੋਹਿਆ ਗਿਆ ਦਿੱਲੀ ਚ ਰਾਜਧਾਨੀ ਚ ਜਾਣ ਤੋਂ ਜਿਹੜਾ ਰੁਕਿਆ ਗਿਆ ਅਜੇ ਵੀ ਰਾਜਧਾਨੀ ਚ ਜਾਣ ਤੋਂ ਰੁਕਿਆ ਭਰਾਵੋ ਆਪਾਂ ਰਾਜਧਾਨੀ ਤੋਂ ਬਾਹਰ ਬੈਠੇ ਆਂ ਹਰਿਆਣੇ ਦੇ ਸੋਨੀਪੱਤ ਜ਼ਿਲ੍ਹੇ ਚ ਬੈਠੇ ਆਂ ਠੀਕ ਹੈ ਭਾਵੇਂ ਬਿਲਕੁਲ ਬਾਰਡਰ ਤੇ ਬੈਠੇ ਆਂ ਪੰਜਾ ਥਾਵਾਂ ਤੇ ਪਰ ਰਾਜਧਾਨੀ ਚ ਜਾਣ ਤੋਂ ਅਜੇ ਵੀ ਰੁਕੇ ਹੋਇਆ ਸੋ ਰਾਜਧਾਨੀ ਚ ਜਾਣ ਦਾ ਹੱਕ 26 ਤਰੀਕ ਨੂੰ ਉਸੇ ਕਿਸਾਨ ਟਰੈਕਟਰ ਨੇ ਦੇਣਾ ਤੇ ਉਹਨੂੰ ਅਸੀਂ ਅੱਜ ਤੋ ਨਾਂ ਦੇਤਾ ਕਿਸਾਨ ਟਰੈਕਟਰ ਨੇ ਕਿਸਾਨ ਟੈਂਕ ਹੋਊਗਾ 26 ਤਰੀਕ ਨੂੰ ਉਹ ਕਿਉਂਕਿ ਟੈਂਕ ਦਾ ਕੀ ਸਿਫਤ ਹੁੰਦੀ ਹੈ ਟੈਂਕ ਦੇ ਵਿੱਚ ਕੋਈ ਵੀ ਮੂਹਰੇ ਰੋਕ ਆਵੇ ਭਾਵੇਂ ਉਹਦੇ ਮੂਹਰੇ ਉੱਚਾ ਥਾਏ ਭਾਵੇਂ ਨੀਵਾ ਥਾਏ ਭਾਵੇਂ ਨਹਿਰ ਆ ਨਦੀ ਆ ਪਹਾੜਾ ਹੈ ਪਹਾੜੀ ਹੈ ਕੋਈ ਵੀ ਟੈਂਕ ਮੂਹਰੇ ਰੁਕਦੀ ਨਹੀਂ ਹੁੰਦੀ ਟੈਂਕ ਆਪਣਾ ਰਾਹ ਬਣਾ ਲੈਂਦਾ ਹੁੰਦਾ ਇਸ ਕਰਕੇ ਉਹਨੂੰ ਟੈਂਕ ਕਹਿੰਦੇ ਆ ਤੇ ਹੁਣ ਜਿਹੜਾ ਕਿਸਾਨਾਂ ਦਾ ਪੁੱਤ ਟਰੈਕਟਰ ਟੈਂਕ ਬਣੂਗਾ 26 ਤਰੀਕ ਨੂੰ ਉਹਦੇ ਮੂਹਰੇ ਵੀ ਕੋਈ ਰੋਕ ਨਹੀਂ ਖੜੂਗੀ ਉਹ ਟੈਂਕ ਸੋਡਾ ਰਾਹ ਪਤਰਾ ਕਰੂਗਾ ਤੇ ਉਹਨੂੰ ਕਹਤਾ ਵੀ ਉਹ ਸਾਰੇ ਸੂਬਿਆਂ ਦੇ ਵਿੱਚ ਆ ਜਿਹੜੇ 14 ਦਿਨ ਬਾਕੀ ਰਹੇਗੇ ਉਹ ਟਰੈਕਟਰ ਪੁੱਤ ਗੂੰਜਣਾ ਚਾਹੀਦਾ ਸੜਕਾਂ ਤੇ ਗਲੀਆਂ ਤੇ ਮਾਰਚ ਹੋਣੇ ਚਾਹੀਦੇ ਆ ਪਹਿਲਾਂ ਵਾਲੇ ਬੁਲਾਰਿਆਂ ਨੇ ਦੱਸਿਆ ਬਈ ਇੱਕ ਦਿਨ ਤੇ ਮਾਰਚ ਦੀ ਗੱਲ ਨਹੀਂ 14 ਦਿਨ ਜਿਹੜੇ ਰਹਿ ਗਏ ਇਹ 14 ਦਿਨ ਰੋਜ਼ ਮਾਰਚ ਹੋਣੇ ਚਾਹੀਦੇ ਆ ਤਹਿਸੀਲ ਪੱਧਰੇ ਮਾਰਚ ਜ਼ਿਲ੍ਹਾ ਪੱਧਰੇ ਮਾਰਚ ਬਲਾਕ ਪੱਧਰੇ ਮਾਰਚ ਤੇ ਸਟੇਟ ਦਾ ਜਿਹੜਾ ਕੇਂਦਰਾ ਰਾਜ ਭਵਣ ਰਾਜ ਪੱਧਰੇ ਮਾਰਚ ਬਾਕੀ ਜਿਹੜੇ 14 ਦਿਨ ਰਹਿ ਗਏ 15 ਦਿਨ 15ਵਾੜਾ ਰਹਿ ਗਿਆ ਉਹ ਰੋਜ਼ ਮਾਰਚ ਹੋਣੇ ਚਾਹੀਦੇ ਤਾਂ ਕਿ ਉਹ ਟੈਂਕ ਦੀ ਰਹਿਸਲ ਹੋ ਜੇ ਉਹਦੀ ਟੈਂਕ ਦੀ ਕਸਰਤ ਹੋ ਜੇ ਉਹਨੂੰ ਪਤਾ ਲੱਗ ਜਾਵੇ ਵੀ ਜਿਹੜੀ ਬਰੋ ਰੋਕ ਆਉਂਦੀ ਉਹ ਕਿਵੇਂ ਤੋੜਨੀ ਹੈ ਸੋ ਇਹ ਤੁਹਾਨੂੰ ਇਹ ਰਹਿਸਲ ਕਰਨ ਦੀ ਖਤਰ ਸੱਦਾ ਦਿੱਤਾ 14 ਦਿਨਾਂ ਦਾ ਆਪਾਂ 7 ਤਰੀਕ ਨੂੰ ਵੀ ਇੱਥੇ ਜਿਹੜੀ ਕੇਐਮਪੀ ਹੈ ਆ ਐਕਸਪ੍ਰੈਸ ਬੇ ਹੈ ਉਹਦੇ ਤੇ ਵੀ ਆਪਾਂ ਉਹਦੇ ਕਿਹਾ ਵੀ ਇਹ ਕੇਐਮਪੀ ਮਾਰਚ ਨਹੀਂ ਸੀ ਇਹ 26 ਤਰੀਕ ਦੀ ਰਹਿਸਲ ਸੀ ਵੀ 26 ਤਰੀਕ ਨੂੰ ਉਹਨਾਂ ਨੇ ਟਰੈਕਟਰਾਂ ਨੇ ਜਾਬਤਾਬੱਦ ਢੰਗ ਦੇ ਨਾਲ ਰਾਜਧਾਨੀ ਦੇ ਵਿੱਚ ਕਿਵੇਂ ਜਾਣਾ ਤੇ ਕਿਵੇਂ ਦਿੱਲੀ ਦੇ ਹਿੱਕ ਤੇ ਕਿਸਾਨਾਂ ਦੀ ਪ੍ਰੇਡ ਹੋਣੀ ਹੈ ਉਹਦੇ ਵੀ ਆਪਾਂ 7 ਤਰੀਕ ਨੂੰ ਅਖਬਾਰਾਂ ਨੂੰ ਕਿਹਾ ਸੋ ਹੁਣ ਭਰਾਵੋ 26 ਤਰੀਕ ਦਾ ਦਿਨ 26 ਜਨਵਰੀ ਦਾ ਦਿਨ ਇਸ ਦੇਸ਼ ਦੇ ਇਤਿਹਾਸ ਦੇ ਵਿੱਚ ਮੈਂ ਕਹਿਣਾ ਇਤਿਹਾਸਕ ਦਿਨ ਹੋਊਗਾ ਨਿਰਨਾਇਕ ਦਿਨ ਹੋਊਗਾ ਕਿਉਂ ਹੋਊਗਾ ਕਿਉਂਕਿ ਉਹਦੇ ਪਹਿਲਾ ਇਕੱਲੇ ਜਵਾਨ ਪ੍ਰੇਡ ਕਰਦੇ ਸੀ ਪਹਿਲਾ ਵਾਲੀਆਂ 26 ਜਨਵਰੀਆਂ ਚ ਇਸਕੇ ਵਾਲੀ 26 ਜਨਵਰੀ ਦੇ ਵਿੱਚ ਜਵਾਨ ਦਾ ਪਿਓ ਕਿਸਾਨ ਉਹ ਵੀ ਬਰਾਬਰ ਮਾਰਚ ਕਰੂਗਾ ਤੇ ਜਦੋਂ ਕਿਸਾਨ ਨੌਜਵਾਨ ਦਾ ਪਿਓ ਨੌਜਵਾਨ ਦਾ ਦਾਦਾ ਚਾਚਾ ਤਾਇਆ ਬਰਾਬਰ ਮਾਰਚ ਕਰੂਗਾ ਜਵਾਨ ਦੇ ਫਿਰ ਅਸਲੀ ਅਰਥਾਂ ਵਿੱਚ ਹੋਊਗਾ ਜੈ ਜਵਾਨ ਜੈ ਕਿਸਾਨ ਉਹ ਉਦੋਂ ਪਹਿਲਾ ਵਾਲੇ ਜਾਇਜਵਾਨ ਜਾਇਕਿਸਾਨ ਸਿਰਫ ਨਾਰੇ ਸੀ ਐਤਕਾ ਵਾਲਾ ਜਿਹੜਾ 26 ਜਨਵਰੀ ਨੂੰ ਜਾਇਜਵਾਨ ਜਾਇਕਿਸਾਨ ਹੋਊਗਾ ਉਹ ਹਕੀਕੀ ਹੋਊਗਾ ਅਸਲੀ ਹੋਊਗਾ ਸੋ ਇਸ ਕਰਕੇ ਭਰਾਵੋ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਅਸੀਂ ਸੌਖਾਏ ਕੱਲ ਅਖਬਾਰਾਂ 'ਚ ਵੀ ਕਹਤਾ ਜਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਜਿੱਤ ਕੇ ਮੁੜਾਂਗੇ ਜਾਂ ਮਰ ਕੇ ਮਰ ਕੇ ਜਾਵਾਂਗੇ ਤੀਜਾ ਰਸਤਾ ਕੋਈ ਨਹੀਂ ਸੋ ਇਹਦੇ ਹੁਣ ਅਮਲ 'ਚ ਦੱਸਣਾ ਕਈ ਵਾਰੀ ਕਹਿ ਦਿੰਦੇ ਆ ਵੀ ਸਟੇਜਾਂ ਤੋਂ ਲੀਡਰ ਭਾਸ਼ਣ ਕਰਨ ਦੀ ਲੋਕਾਂ ਦੀ ਵਾਹਵਾ ਖੱਟਣ ਦੀ ਖਾਤਰ ਭਾਸ਼ਣ ਦੇ ਦਿੰਦੇ ਆ ਪਰ ਅਮਲ ਦੇ ਵਿੱਚ ਨਹੀਂ ਉਹ ਉਤਰਦੇ ਕੋਈ ਨਹੀਂ ਬਾਲੇ ਦੇਣ ਨਹੀਂ ਜਿਵੇਂ ਕਿਸੇ ਨੇ ਕਿਹਾ ਸੀਗਾ ਨਾ ਨਾਈ ਨੇ ਨਾਈ ਨੂੰ ਕਿਸੇ ਨੇ ਕਿਹਾ ਸੀ ਜਿਹੜਾ ਬਾਲ ਕੱਟਦਾ ਸੀਗਾ ਵੀ ਮੇਰੇ ਬਾਲ ਕਿੱਡੇ-ਕੱਡੇ ਆ ਉਹ ਕਹਿੰਦਾ 1 ਮਿੰਟ ਠਹਿਰ ਸਾਹਮਣੇ ਆ ਜਾਣਗੇ ਤੇਰੇ ਸੋ ਬਾਲੀ ਦੂਰ ਨਹੀਂ ਗਰੇ ਲੀਡਰਾਂ ਦੇ ਟੈਸਟ ਵੀ 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 ਉਸ ਤੇਜਾ ਦੇ ਭਾਸ਼ ਨਹੀਂ ਦਿੰਦੇ ਆ ਵੀ ਜਾਂ ਰੱਦ ਕਰਾ ਕੇ ਮੁੜਾਂਗੇ ਜਾਂ ਮਰਾਂਗੇ ਜਾਂ ਫਿਰ ਉਹਨੂੰ ਲਾਗੂ ਵੀ ਕਰਦੇ ਆ ਇਹ ਕੋਈ ਜਾਦੇ ਸਮਾਂ ਨਹੀਂ ਭਰਵੋ 14 ਦਿਨ ਨਹੀਂ ਬਾਕੀ ਆ ਟੈਸਟ ਹੋ ਜਾਊਗਾ ਸਾਰਿਆਂ ਦਾ ਤੇ ਸਾਨੂੰ ਉਮੀਦ ਹੈ ਵੀ ਆਪਾਂ ਸਾਰੇ ਉਹ ਜਿਹੜਾ ਟੈਸਟ ਹੈ ਉਹ ਅਸੀਂ ਕਰਾਂਗੇ 100% ਨੰਬਰ ਲੈ ਕੇ ਉਤਰਾਂਗੇ ਤੇ ਜਦੋਂ ਇਹ ਕਿਸਾਨ ਉਦੋਂ ਬਾਅਦ ਖੁੱਲੇ ਥਾਂ ਤੇ ਬੈਠੇ ਅੰਦਰ ਰਾਜਧਾਨੀ ਦੇ ਵਿੱਚ ਜਾ ਕੇ ਜੇ ਫਿਰ ਉਦੋਂ ਵੀ ਸਰਕਾਰ ਤੋਂ ਫਿਰ ਮੀਟਿੰਗਾਂ ਰਹੇ ਨੇ ਹੋਊਗਾ ਫਿਰ ਇਹ ਕਿਹਾ ਜਾਊਗਾ ਵੀ ਕਿਸਾਨ ਹੁਣ ਜਿੱਥੋਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਦੇ ਆ ਉਹਦੇ ਡੇਰੇ ਆ ਗਏ ਤੇ ਹੁਣੇ ਮੋਦੀ ਸਰਕਾਰ ਦਫਾ ਹੋਵੇ ਜਿਹੜੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਸਕੀ ਇਹਦੀ ਥਾਂ ਤੇ ਉਹ ਆਵੇ ਜਿਹੜੇ ਕਾਨੂੰਨ ਉਹ ਰੱਦ ਕਰੋਗੇ ਉਹ ਕਿਸਾਨ ਉੱਥੇ ਬੈਠਣਗੇ ਉਸ ਤੋਂ ਬਾਅਦ ਨਾਰਾ ਹੋਊਗਾ ਵੀ ਜਿਹੜੀ ਕਿਸਾਨਾਂ ਦੀ ਦੁਖੀ ਸਰਕਾਰਾਂ اخਲਾਕੀ ਤੌਰ ਤੇ ਉਹਦਾ ਸਰਕਾਰ 'ਚ ਬੈਠੇ ਰਹਿਣ ਦਾ ਕੋਈ ਹੱਕ ਨਹੀਂ ਮੋਦੀ ਸਰਕਾਰ ਦਫਾ ਹੋਵੇ ਇਹ ਨਾਰੇ ਉੱਥੇ ਲੱਗਣਗੇ ਨਾ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਪੈਣਾ ਧਨਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ